ਅਸਲਾਮੁਅਲੈਕੁਮ ਮੇਰੇ ਭੈਣ ਭਾਈਓ, ਕੀ ਹਾਲ ਚਾਲ ਤੁਹਾਡਾ? ਮੈਂ ਤੁਹਾਡਾ ਜ਼ਿਆਦੀਨ, ਮੈਂ ਅੱਜ ਇੱਥੇ ਆਇਆ ਅਤੇ ਇੱਥੇ ਲੈਂਟਰ ਪੈਂਦਾ ਪਿਆ। ਲੈਂਟਰ ਪੈਣ ਮੈਂ ਤਰੀਕਾ ਤੁਹਾਨੂੰ ਦੱਸਣਾ ਕਿਹੜੇ ਤਰੀਕੇ ਨਾਲ ਲੈਂਟਰ ਪੈਂਦਾ ਅਤੇ ਕਿੰਨੇ ਇੱਕ ਦਾ ਪੈਂਦਾ ਅਤੇ ਕਿੰਨੇ ਇੱਕ ਦਾ ਤੁਹਾਨੂੰ ਦੱਸਣੇ ਆ। ਇਹ ਲੈਂਟਰ ਵਾਲੀ ਮਸ਼ੀਨ ਲੱਗੀ ਹੋਈ ਹੈ, ਥੱਲੇ ਪਿੱਛੇ ਜਿਹੜੇ ਤਿੰਨ ਕੜਾਈਆਂ ਬਜਰੀ ਦੇ ਪਾਉਂਦੇ ਪੈਣ, ਤਿੰਨ ਰੇਤੇ ਦੇ ਪਾਉਂਦੇ ਪੈਣ ਅਤੇ ਇੱਕ ਸੀਮਟ ਦੇ ਪਾਉਂਦੇ ਪੈਣ। ਅੱਧੀ ਬੋਰੀ ਵਾਲੀ ਮਸ਼ੀਨ ਲੱਗੀ ਹੋਈ ਹੈ, ਇਹ ਜਿਹੜਾ ਨਾ ਪਾਉਂਦੇ ਪੈਣ। ਸ਼ੋਰ ਜਿਹੜਾ ਨਾ, ਸ਼ੋਰ ਬੜਾ ਆਉਂਦਾ, ਸ਼ੋਰ ਦੀ ਵਜ੍ਹਾ ਤੋਂ ਮੈਂ ਬੜਾ ਦੂਰ ਖੜਾ ਹੈ। ਹੁਣ ਤੁਹਾਨੂੰ ਵਿਖਾਉਂਦੇ ਉੱਤੇ ਲਿਜਾ ਕੇ ਤਾਂ ਬੰਦਾ ਕਿਵੇਂ ਚੁੱਕੀ ਲਿਜਾਂਦਾ, ਫਿਰ ਤੁਹਾਨੂੰ ਵਿਖਾਉਂਦੇ ਹਾਂ। ਇਹ ਮੈਂ ਨੇੜੇ ਨੇੜੇ ਆ ਰਿਹਾ ਸ਼ੋਰ ਸ਼ਰਾਬੇ ਨਾਲ, ਮੈਂ ਪੌੜੀ ਚੜ੍ਹ ਰਿਹਾ ਉੱਤੇ ਉੱਤੇ ਚੜ੍ਹਿਆ ਜਾਂਦਾ, ਪੌੜੀ ਚੜ੍ਹ ਕੇ ਤਾਂ ਉੱਤੇ ਜਾ ਰਿਹਾ ਛੱਤ ਦੇ। ਇਹ ਛੱਤ ਪਹੁੰਚਿਆ ਮੈਂ, ਇਹ ਜਿਹੜਾ ਨਾ ਮੇਰੇ ਭਾਈ ਹੋਰੇ ਜਾਲ ਬੰਨਿਆ ਪਿਆ, ਹੁਣ ਜਿਹੜਾ ਨਾ ਮਸੀੜੀ ਦਾ ਮਾਲ ਜਿਹੜਾ ਨਾ ਸੁੱਟਦੇ ਪੈਣ। ਅਸਲਾਮ ਅਲੈਕਮ ਜੀ, ਸੀੜੀ ਦਾ ਮਾਲ ਭਾਈ ਹੋਰੇ ਪਾ ਰਹੇ ਨੇ। ਸੱਤ ਅੱਠ ਦਾ ਅੱਡਾ ਬਣਾਇਆ ਅਤੇ 10 ਚੌੜਾ, 7 ਉੱਚਾ, ਬਲਵੀਂ ਪੌੜੀ ਹੈਗੀ ਹੈ, ਸਾਈਡ ਦੇ ਅੱਡੇ ਚੜ੍ਹਾ ਕੇ ਘੁਮਾ ਕੇ ਪੌੜੀ ਨੂੰ ਚਲਾਉਂਦੇ ਆਉਂਦੇ ਨੇ। ਫਿਰ ਉਸ ਤੋਂ ਬਾਅਦ ਜਿਹੜਾ ਨਾ ਇਹ ਲੈਂਟਰ ਪਾਉਣਾ, ਇਹ ਖਾਲੀ ਏਰੀਆ ਛੱਡਿਆ ਐਵੇਂ ਨਾ ਪੈਪ ਹੈ ਜਿਹੜੇ ਗੁਜ਼ਾਰ ਕੇ, ਅਤੇ ਇਹ ਨਾਲ ਸਾਰਾ ਕਨੈਕਸ਼ਨ ਡੀਪੀ ਪੌੜੀ ਦੇ ਨਾਲ ਹੀ ਡੀਪੀ ਉਹਨੇ ਬਣਾ ਦਿੱਤੀ, ਡੀਪੀ ਬਣਾ ਕੇ ਅਤੇ ਜਿਹੜਾ ਸਾਰਾ ਕਨੈਕਸ਼ਨ ਉਹਨੇ ਦੇ ਦਿੱਤਾ। ਇਹ ਜਿਹੜੇ ਬੁਕਸ ਫੈਨ ਬੁਕਸ ਲੱਗਿਆ, ਇਹ ਨਾਲ ਦੂਸਰੀ ਡੱਬੀਆਂ ਲੱਗੀਆਂ, ਇਹ ਸੀੜੀ ਵਾਸਤੇ ਵਿੱਚ ਜਗ੍ਹਾ ਬਣਾਈ ਹੈ ਬੁਕਸ, ਥੱਲੇ ਆਰਾਮ ਨਾਲ ਸੀੜੀ ਬੱਚਿਆਂ ਵਾਸਤੇ ਬਣ ਸਕਦੀ। ਇਹ ਨਾਲ ਬੀਮ ਦੀ ਲਟਕ ਦਿੱਤੀ ਥੱਲੇ ਨੂੰ, ਅੱਗੇ ਸ਼ੇਡ ਬਣਾਇਆ। ਇਹ ਵੇਖੋ ਇਹ ਸੀੜੀ, ਸੀੜੀ ਚੜ੍ਹਾ ਰਹੇ ਨਾ ਉਸਤਾਦ ਹੋਰੇ। ਇਹ ਜਿਹੜੀ ਸੀੜੀ ਬਣਾਉਂਦੇ ਪਿਆ ਸੀ ਨਾ ਅੱਠ ਇੱਕ ਦਾ, ਇਹ ਅੱਡਾ ਜਿਹੜਾ ਨਾ ਅੱਠ ਉੱਚਾ ਅਤੇ 10 ਲੰਮਾ ਹੈ। ਇਹ ਜਿਹੜਾ ਫੁੱਲ ਮੁਕੰਮਲ ਤਿਆਰ ਹੋ ਗਈ ਸੀੜੀ, ਇਹ ਮੁਕੰਮਲ ਤਿਆਰ ਹੋ ਗਈ। ਉੱਤੇ ਹੈ 5 ਮਰਲੇ ਦਾ, ਇਹ 4 ਇੰਚ ਦੀ ਚਨਾਈ ਲਾਈ ਪਈ ਹੈ ਅਤੇ 4 ਇੱਕ ਦਿਨ ਮਸਾਲਾ ਬਣਾਇਆ। 10 ਕੜਾਹੀਆਂ ਦੇ ਵਿੱਚ ਇੱਕ ਬੋਰੀ ਪਾਈ ਇਹਨਾਂ ਨੇ ਮਸਾਲੇ ਦੀ, ਮਸਾਲਾ ਬਣਾ ਕੇ ਅਤੇ ਫਿਰ ਇਹਨਾਂ ਨੇ ਚਨਾਈ ਲਾਈ, ਨਾਲ ਹੀ ਚੁਗਾੜ ਵੀ ਫਿੱਟ ਕਰ ਦਿੱਤੀ। ਇਹ ਡਰਾਇੰਗ ਰੂਮ ਅਗਲੀ ਸਾਈਡ ਦਾ ਬਣਿਆ, ਇਹ ਪਿੱਛੇ ਕਮਰਾ ਆ ਗਿਆ, ਟੀ ਵੀ ਲਾਉਣ, ਇਹ ਕਮਰਾ, ਇਹ ਨਾਲ ਬਾਥ, ਇਹ ਹੱਲ ਬਣਨਾ। ਇਧਰਲੇ ਸਾਈਡ ਦੀ ਦੀਵਾਰ ਜਿਹੜੀ ਨਾ ਉੱਥੇ ਤੱਕ ਲੱਗੀ ਪਈ, ਉਸ ਤੋਂ ਬਾਅਦ ਜਿਹੜਾ ਨਾ ਚਨਾਈ ਲਾਉਂਦੇ ਪਏ ਉਸਤਾਦ ਹੋਰੇ। ਇਹ ਸਾਲ ਕਰ ਰਹੇ ਨੇ ਜੀ, ਸਾਲ ਹੀ ਲਾ ਰਹੇ ਨੇ, ਸਾਲ ਕਰਕੇ ਬਜਰੀ ਲਿਆਵੇ ਉਸਤਾਦ, ਸਾਈਡ ਹੀ ਬਜਰੀ ਵੀ ਨਾਲ ਨਾਲ ਪਾਈ ਜਾਈਏ ਅਤੇ ਨਾਲ ਨਾਲ ਜਿਹੜਾ ਨਾ ਟਾਇਟ ਹੁੰਦੀ ਜਾਵੇ, ਬਜਰੀ ਪੈ ਗਈ ਤਾਂ ਫਿਰ ਹੀ ਮਜ਼ਬੂਤ ਹੋਣੀ। ਵਿਹਾੜੀ 'ਤੇ ਉੱਥੋਂ ਆਏ ਨੇ ਚੱਲ ਕੇ, ਵਿੱਚ ਵਿਹਾੜੀ 'ਤੇ ਜੀ ਅੱਗੇ ਪਿੱਛੇ ਵਿਹਾੜੀ ਤੋਂ ਅੱਗੇ ਰੱਖੀ ਬਜਰੀ ਲਾ ਲੈਣ ਤੇ ਬਜਰੀ ਜਿਹੜੀ ਨਾ ਵਿੱਚ ਪਾਉਣਗੇ ਚੁਕਾੜ ਦੇ। ਮਿਕਸ ਕਰਕੇ ਇਹ ਜਿਹੜਾ ਚੁਕਾ ਟਾਇਟ ਹੋ ਜਾਏਗੀ,
ਤੇ ਇਹਦੇ ਜਿਹੜਾ ਨਾ ਪਾ ਦੇ ਬੰਦ ਤੇ ਮੈਂ ਜਿੰਨੀ ਜਿੰਨੀ ਮਹਿੰਗਾਈ ਹੁੰਦੀ ਦਿਹਾੜੀਆਂ ਥੱਲੇ ਹੁੰਦੀਆਂ ਜਾਂਦੀਆਂ ਹਾਂ ਉਹਨਾਂ ਰੇਟ ਵੱਧਦੇ ਆ ਸਾਡੇ ਦਿਹਾੜੇ ਥੱਲੇ ਹੁੰਦੇ ਜਾਂਦੇ ਆ ਹਾਂ ਇਹ ਪੌੜੀਆਂ ਵਾਲਾ ਹਿੱਸਾ ਜਿਹੜਾ ਹੈ ਨਾ ਇਹ ਪੌੜੀਆਂ ਵਾਲਾ ਹਿੱਸਾ ਇਹ ਨਾਲ ਲੱਗੇ ਟੀ ਵੀ ਲਾਉਣ ਬਣ ਗਿਆ ਇਵੇਂ ਆ ਨਾਲ ਕਮਰਾ ਬਣ ਗਿਆ ਕਮਰਾ ਉਹ ਨਾਲ ਵਾਸ਼ਰੂਮ ਇਹ ਪਿੱਛੇ ਓਪਨ ਏਰੀਆ ਜਿਹੜਾ ਥੱਲੇ ਤਿੱਕਣ ਹੈਗਾ ਤੇ ਇਹ ਓਪਨ ਏਰੀਆ ਦੋਵਾਂ ਘਰਾਂ ਨੂੰ ਉੱਤੇ ਆ ਕੇ ਤਾਂ ਢਾਈ ਢਾਈ ਮਰਲੇ ਤਾਂ ਘਰ ਬਣਾ ਲਿਆ ਉਹਨਾਂ ਨੇ ਥੱਲੇ ਪੰਜ ਪੰਜ ਮਰਲੇ ਸੀ ਉੱਤੇ ਆ ਕੇ ਢਾਈ ਢਾਈ ਮਰਲੇ ਤਾਂ ਘਰ ਬਣਾ ਲਿਆ ਉੱਧਰ ਦੀ ਆਇਆ ਹੁਣ ਵਾਪਸੀ ਜਿਹੜਾ ਨਾ ਆ ਪੱਠਿਆਂ ਦੇ ਵਿੱਚ ਬੰਨੇ ਦੇ ਉੱਤੇ ਲੰਘਦਾ ਪਿਆ ਇਹ ਵੇਖ ਬਰਸੇਮ ਦੁਪੱਠੇ ਆ ਗਏ ਨੇ ਇਸ ਪਾਸੇ ਨਾਲ ਜਵੀ ਰਲੀ ਹੋਈ ਹੈ ਜਵੀ ਪਾਈ ਵਿੱਚ ਪੱਠਿਆਂ ਦੇ ਅਤੇ ਇਹ ਸਾਰੇ ਬਰਸੇਮ ਇਹ ਨਾਲ ਮੋਟਰਵੇ ਪਰਾਂ ਪਿੱਛੇ ਦੀ ਬੈਕ ਸਾਈਡ 'ਤੇ ਅਬਦੁੱਲਾ ਟਾਊਨ ਜਿੱਥੇ ਮੈਂ ਆਇਆ ਸੀ ਅਬਦੁੱਲਾ ਟਾਊਨ ਨਿਆਜ਼ ਬੇਗ ਸ਼ੇਅਰ ਕਰੋ ਲਾਈਕ ਕਰੋ ਬੈਲ ਆਈਕਨ ਦਬਾਓ ਕਿ ਵੀਡੀਓ ਤੁਹਾਡੇ ਤੱਕ ਬਾ ਆਸਾਨੀ ਪਹੁੰਚ ਸਕੇ।